ਅਸਲ ਚ ਮੈਂ ਜਮਾਂਦਰ ਹੁੰਨਾ ਤੂੰ ਜਮਾਂਦਰ ਹੁੰਨਾ ਜਾਂ ਬਾਅਦ ਚ ਦੋਸਤੋ ਤੁਹਾਨੂੰ ਸਾਰਿਆਂ ਨੂੰ ਬਾਕਸ ਆਫਿਸ ਗਿੱਲ ਦੇ ਉੱਤੇ ਜਿਉਂਦਾ ਵਸਦਾ ਰਹੇ ਪੰਜਾਬ ਤੇ ਹੱਸਦਾ ਖੇਡਦਾ ਰਹੇ ਪੰਜਾਬ ਪੰਜਾਬੀ ਜ਼ਬਾਨ ਹੈ ਅਤੇ ਪੰਜਾਬੀ ਜੀ ਗੱਲਬਾਤ ਇਸ ਚੈਨਲ ਦੇ ਉੱਤੇ ਹੁੰਦੀ ਹੈ ਅੱਜ ਤੁਹਾਨੂੰ ਦੱਸਦੇ ਹਾਂ ਦੋ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ਦਾ ਕੀ ਰਿਪੋਰਟ ਆ ਰਹੀ ਹੈ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਗੋਡੇ ਗੋਡੇ ਚਾਹ ਅਤੇ ਫਿਰ ਅੰਨੀ ਦੀਆਂ ਮਜ਼ਾਕ ਦਾ ਬਾਕਸ ਆਫਿਸ ਕਲੈਕਸ਼ਨ ਤੁਹਾਨੂੰ ਦੱਸਦੇ ਹਾਂ ਗੋਡੇ ਗੋਡੇ ਚਾਹ ਨੂੰ ਜਿਹੜਾ ਨਾ ਸਿਨੇਮਿਆਂ ਵਿੱਚ ਲੱਗੀਆਂ ਹੋਈਆਂ ਹੋ ਗਏ ਨੇ ਆਪਣੇ 7 ਦਿਨ ਪੂਰੇ ਅਤੇ ਇਸਦਾ ਡੇ ਵਾਈ ਜ਼ੀਰੋ ਬਾਕਸ ਆਫਿਸ ਕਲੈਕਸ਼ਨ ਤੁਹਾਨੂੰ ਦੱਸੀਏ ਇਸ ਨੇ ਓਪਨਿੰਗ ਡੇ 'ਤੇ ਕੀਤਾ ਸੀ 42 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਆਪਣੇ ਦੂਸਰੇ ਦਿਨ 'ਤੇ ਇਸਨੇ ਕੀਤਾ ਸੀ ਆਪਣਾ 67 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਆਪਣੇ ਤੀਸਰੇ ਦਿਨ ਇਸਨੇ ਕੀਤਾ 56 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਆਪਣੇ ਚੌਥੇ ਦਿਨ 'ਤੇ ਇਸਨੇ ਕੀਤਾ 39 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਆਪਣੇ ਜਿਹੜਾ 5ਵੇਂ ਦਿਨ 'ਤੇ ਇਸਨੇ ਕੀਤਾ ਫਿਰ 39 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਆਪਣੇ 6ਵੇਂ ਦਿਨ 'ਤੇ ਇਸਨੇ ਕੀਤਾ 32 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਅਤੇ ਅੱਜ ਦੀ ਜਿਹੜੀ ਰਿਪੋਰਟ ਨਹੀਂ ਆਈ ਲੇਕਿਨ ਉਮੀਦ ਇਹ ਹੀ ਹੈ ਕਿ 25 ਤੋਂ 30 ਲੱਖ ਰੁਪਏ ਦੇ ਕਰੀਬ ਇਹ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਸਕਦੀ ਹੈ ਅਗਰ ਇਸਦਾ ਟੋਟਲ ਤੁਹਾਨੂੰ ਬਾਕਸ ਆਫਿਸ ਕਲੈਕਸ਼ਨ ਕਿਹਾ ਸੀ 6 ਦਿਨਾਂ ਦਾ ਕਿਤਨਾ ਬਣਦਾ ਅਤੇ ਉਹ ਬਣਦਾ 3.56 ਕਰੋੜ ਰੁਪਈਆ ਇਸ ਤਰ੍ਹਾਂ ਇਹ ਜਿਹੜਾ ਬਾਕਸ ਆਫਿਸ ਕਲੈਕਸ਼ਨ ਹੈ ਇਹ ਸਿਰਫ ਇੰਡੀਆ ਦਾ ਇਸਦਾ ਜਿਹੜਾ ਬਜਟ ਹੈ ਮੂਵੀ ਦਾ ਉਹ ਹੈ ਤਕਰੀਬਨ 4 ਤੋਂ 5 ਕਰੋੜ ਰੁਪਈਆ ਇਸ ਤਰ੍ਹਾਂ ਇਹ ਜਿਹੜੀ ਫਿਲਮ ਹੈ ਬਿਲਕੁਲ ਹਿੱਟ ਹੋਣ ਦੀ ਤਰਫ ਜਾ ਰਹੀ ਹੈ ਲੇਕਿਨ ਓਵਰਸੀਜ਼ ਦੇ ਵਿੱਚ ਹਾਲੇ ਜਿਹੜਾ ਬਾਕਸ ਆਫਿਸ ਕਲੈਕਸ਼ਨ ਹੈ ਉਹ ਨਹੀਂ ਆ ਮਿਲਿਆ ਕਿਤੋਂ ਵੀ ਓਵਰਸੀਜ਼ ਦੇ ਵਿੱਚ ਵੈਸੇ ਵੀ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਬਹੁਤ ਕੰਮ ਇਸਦਾ ਬਾਕਸ ਆਫਿਸ ਕਲੈਕਸ਼ਨ ਹੋਣ ਵਾਲਾ ਹੈ ਕਿਉਂਕਿ ਉੱਥੇ ਹਰ ਪਾਸੇ ਛਾਈ ਪਈ ਹੈ ਫਾਸਟ 10 ਮੂਵੀ ਹਾਲੀਵੁੱਡ ਦੀ ਅਤੇ ਇਸ ਕਰਕੇ ਕਾਫੀ ਸਾਰੀਆਂ ਮੂਵੀਆਂ ਜਿਹੜੀਆਂ ਹਟਾ ਦਿੱਤੀਆਂ ਗਈਆਂ ਨੇ ਹਾਲੇ ਤੱਕ ਵੀ ਨਹੀਂ ਹੈ ਇਹਨੂੰ ਮੌਕਾ ਮਿਲ ਰਿਹਾ ਬਾਕਸ ਆਫਿਸ ਕਲੈਕਸ਼ਨ ਅੱਛਾ ਕਰਨ ਦਾ ਕਿਉਂਕਿ ਹਾਲੇ ਕਿ ਮੂਵੀ ਬਹੁਤ ਅੱਛੀ ਔਰ ਸੋਨਮ ਬਾਜਵਾ ਨੇ ਬੜਾ ਜ਼ੋਰ ਲਾਇਆ ਔਰ ਬੜੀ ਪਿਆਰੀ ਅਦਾਕਾਰੀ ਇਸ ਫਿਲਮ ਦੇ ਵਿੱਚ ਉਹਨਾਂ ਕੀਤੀ ਹੈ ਦੂਜੇ ਨੰਬਰ 'ਤੇ ਅੰਨੀ ਦੇ ਮਜ਼ਾਕ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਇਹ ਵੀ ਫਿਲਮ ਅੱਛੀ ਹੈ ਇਹਦੇ ਵਿੱਚ ਅੰਨਿਆਂ ਦਾ ਰੋਲ ਨਿਭਾਇਆ ਸੀ ਪਾਕਿਸਤਾਨੀ ਅਦਾਕਾਰ ਸਨ ਨਾਸਰ ਚਨਿਓਟੀ ਔਰ ਉਸ ਤੋਂ ਬਾਅਦ ਜਿਮੀ ਵਿਰਕ ਸਾਹਿਬ ਮੇਨ ਰੋਲ ਦੇ ਵਿੱਚ ਤੁਹਾਨੂੰ ਇਹ ਨਜ਼ਰ ਆਉਂਦੇ ਹਨ ਦੋਵੇਂ ਅੰਨਿਆਂ ਦਾ ਰੋਲ ਇਹਨਾਂ ਕੀਤਾ ਲੇਕਿਨ ਤੁਹਾਨੂੰ ਇਹ ਦੱਸਦੇ ਜਾਈਏ ਕਿ ਪਾਕਿਸਤਾਨ ਦੇ ਅੰਦਰ ਵੀ ਇਹ ਫਿਲਮ ਰਿਲੀਜ਼ ਹੋਈ 26 ਮਈ ਨੂੰ ਅਤੇ ਹੁਣ ਤੱਕ ਤੁਹਾਨੂੰ ਪਾਕਿਸਤਾਨ ਦੇ ਵਿੱਚ ਲੱਗਿਆ ਹੋਇਆ 7 ਦਿਨ ਪੂਰੇ ਹੋ ਗਏ ਨੇ ਲੇਕਿਨ ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਜ਼ਿਆਦਾ ਚੋਇਸ ਨਹੀਂ ਹੁੰਦੀ ਫਿਲਮਾਂ ਦੀ ਜ਼ਿਆਦਾਤਰ ਹਾਲੀਵੁੱਡ ਫਿਲਮਾਂ ਹੀ ਚੱਲਦੀਆਂ ਕਿਉਂਕਿ ਇੰਡੀਅਨ ਫਿਲਮਾਂ 'ਤੇ ਬੈਨ ਨੇ ਪਾਕਿਸਤਾਨ ਦੇ ਅੰਦਰ ਲੇਕਿਨ ਹੁਣ ਜਿਹੜਾ ਇੱਕ ਰੂਲ ਆਊਟ ਹੋਇਆ ਕਿ ਜਨਾਬ ਮੇਰੀ ਜਿਹਦੇ ਵਿੱਚ ਪਾਕਿਸਤਾਨੀ ਅਦਾਕਾਰ ਕੰਮ ਕਰਨਗੇ ਉਹ ਫਿਲਮ ਜਿਹੜੀ ਹੈ ਨਾ ਪਾਕਿਸਤਾਨ ਦੇ ਵਿੱਚ ਜ਼ਰੂਰ ਲੱਗੇਗੀ ਉਸੇ ਰੂਲ ਆਊਟ 'ਤੇ ਜਿਹੜੀ ਹੈ ਅੰਨੀ ਦੀਆਂ ਮਜ਼ਾਕ ਫਿਲਮ 26 ਮਈ ਨੂੰ ਲੱਗੀ ਹੈ ਲੇਕਿਨ ਉਸ ਟਾਈਮ 'ਤੇ ਲੱਗੀ ਹੈ ਜਿਸ ਟਾਈਮ ਹਾਲੀਵੁੱਡ ਦੀ ਫਿਲਮ ਫਾਸਟ ਐਕਸ ਹਰ ਪਾਸੇ ਇਹਦੇ ਹੀ ਸ਼ੋਅ ਮਿਲ ਰਹੇ ਨੇ ਔਰ ਹਰ ਕੋਈ ਇਹਨੂੰ ਹੀ ਵੇਖਣਾ ਚਾਹੁੰਦਾ ਪਿਆ ਇਸ ਕਰਕੇ ਕੋਈ ਅੱਛਾ ਬਾਕਸ ਆਫਿਸ ਕਲੈਕਸ਼ਨ ਜਿਹੜੀ ਅੰਨੀ ਦਾ ਮਜ਼ਾਕ ਹੈ ਪਾਕਿਸਤਾਨ ਦੇ ਵਿੱਚੋਂ ਵੀ ਨਹੀਂ ਹੈ ਕ੍ਰੀਏਟ ਕਰਨ ਦੇ ਵਿੱਚ ਕਾਮਯਾਬ ਹੋਈ ਇਸਦਾ ਜਿਹੜਾ ਟੋਟਲ ਬਾਕਸ ਆਫਿਸ ਕਲੈਕਸ਼ਨ ਬਣਿਆ ਇੰਡੀਆ ਦੇ ਵਿੱਚ ਇਸਨੇ ਕੀਤਾ 3 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਔਰ ਅਗਰ ਇੰਟਰਨੈਸ਼ਨਲ ਮਾਰਕੀਟ ਵਿੱਚ ਇਸਨੇ ਕੀਤਾ 4.5 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਸ ਤਰ੍ਹਾਂ ਇਹਦਾ ਅਗਰ ਟੋਟਲ ਤੁਸੀਂ ਬਾਕਸ ਆਫਿਸ ਕਲੈਕਸ਼ਨ ਬਣੋ ਤਾਂ ਉਹ ਬਣਦਾ 7.5 ਕਰੋੜ ਰੁਪਈਆ ਅਤੇ ਮੂਵੀ ਦਾ ਜਿਹੜਾ ਬਜਟ ਹੈ ਉਹ ਹੈ ਤਕਰੀਬਨ 7 ਕਰੋੜ ਰੁਪਈਆ ਇਸ ਤਰ੍ਹਾਂ ਇਹ ਜਿਹੜੀ ਫਿਲਮ ਹੈ ਹਜੇ ਤੱਕ ਜਿਹੜੀ ਨਾ ਸੈਮੀ ਹਿੱਟ ਹੋਣ ਦੇ ਕਰੀਬ ਹੈ ਹਿੱਟ ਵੀ ਨਹੀਂ ਆ ਹੋਈ ਔਰ ਦੂਜੇ ਨੰਬਰ 'ਤੇ ਪਾਕਿਸਤਾਨ ਦਾ ਅਗਰ ਬਾਕਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਬਹੁਤ ਮੁਸ਼ਕਲ ਹੈ ਕਿ ਮੂਵੀ 1 ਕਰੋੜ ਤੱਕ ਵੀ ਹਜੇ ਤੱਕ ਪਹੁੰਚੀ ਹੋਏ ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਆਪਣਾ ਬਹੁਤ ਬਹੁਤ ਖਿਆਲ ਰੱਖਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ